ਸੱਤ ਮਿੰਟਸ ਈਵਰਸ ਫੇਰਦਵਾਰ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਜ ਸੱਚ ਵਿੱਚ ਡਾਕਟਰ ਸਾਹਿਬ ਸਾਡੇ ਕੋਲ ਕੁਝ ਟਿੱਪਣੀਆਂ ਹਨ ਜੋ ਟੀਵੀ 84 ਵੱਲੋਂ YouTube ਤੇ ਅਪਲੋਡ ਕੀਤੇ ਸੱਚ ਦਾ ਪ੍ਰੋਗਰਾਮ ਦੀਆਂ ਵੀਡੀਓਜ਼ ਉੱਪਰ ਦਿੱਤੀਆਂ ਜਾਂਦੀਆਂ ਹਨ ਪਹਿਲੀ ਟਿੱਪਣੀ ਹੈ ਮਿਸਟਰ ਸੰਨੀ ਦੀ 1378 ਕਸ਼ਮੀਰੀ ਪੰਡਤਾਂ ਦੇ ਅਨੰਦਪੁਰ ਔਨ ਸੰਬੰਧੀ ਵੀਡੀਓ ਦੇ ਹੇਠਾਂ ਟਿੱਪਣੀ ਕੀਤੀ ਹੈ ਡਾਕਟਰ ਸਿੰਘ ਜੀ ਆਪਨੇ ਦਸ਼ਕਾ ਨਾਲ ਝੂਠ ਕਿਉਂ ਬੋਲਦੇ ਹੋ ਹੁਣੇ ਜੇ ਡੇਵਿਡ ਹੈਡਲੀ ਵੱਲੋਂ ਕੀਤੇ ਗਏ ਇਨਸ਼ਾਪ ਤੋਂ ਜਾਹਿਰ ਹੁੰਦਾ ਹੈ ਕਿ ਕਸ਼ਮੀਰ ਵਿੱਚ ਸਿੱਖਾਂ ਨੂੰ ਲਸ਼ਕਰ-ਏ-ਤਾਇਬਾ ਨੇ ਮਾਰਿਆ ਸੀ ਤੁਸੀਂ ਆਪਣੇ ਦਰਸ਼ਕਾਂ ਨਾਲ ਝੂਠ ਕਿਉਂ ਬੋਲ ਰਹੇ ਹੋ ਇਸ ਦੇ ਜਵਾਬ ਵਿੱਚ ਨਲਵਾ ਆਈਡੀ ਤੋਂ ਇੱਕ ਵੀਰ ਨੇ ਜਵਾਬ ਵਿੱਚ ਕਿਹਾ ਹੈ ਇਹ ਇਲਜ਼ਾਮ ਠੀਕ ਨਹੀਂ ਹੈ ਸਿੱਖਾਂ ਨੂੰ ਮਾਰਨ ਲਈ ਪਾਕਿਸਤਾਨ ਸਰਕਾਰ ਜ਼ਿੰਮੇਵਾਰ ਹੈ ਜੀ ਰਸਭਾਤ ਅ ਦੇਖੋ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਜਿਹੜੀ ਸੱਚੋ ਸੱਚ ਪ੍ਰੋਗਰਾਮ ਦੀਆਂ ਵੀਡੀਓਜ਼ ਅਪਲੋਡ ਹੁੰਦੀਆਂ ਨੇ ਪੰਜਾਬ ਸਪੈਕਟਰਮ ਉਹਨਾਂ ਨੂੰ ਰੈਗੂਲਰਲੀ ਉਹਨਾਂ ਚੋਂ ਕੁਝ ਸੈਲੈਕਟ ਫਿਊ ਪਿਕ ਕਰਦੇ ਜੀ ਇਸ ਤੋਂ ਇਲਾਵਾ ਅਪਲੋਡ ਹੁੰਦੀਆਂ ਹੀ ਹੁੰਦੀਆਂ ਨੇ ਸੋ ਉਹਨਾਂ ਦੇ ਉੱਤੇ ਜਾਂ ਫੇਸਬੁੱਕ ਦੇ ਉੱਤੇ ਪੰਜਾਬ ਸਪੈਕਟਰਮ ਦੀ ਫੇਸਬੁੱਕ ਕਾਫੀ ਪਪੂਲਰ ਹੈ ਇੱਕ ਲਖ ਤੋਂ ਜ਼ਿਆਦਾ ਉਹਨੀਆਂ ਲਾਈਕਸ ਰੈਂਜ ਦੀ ਲੇਟੈਸਟ ਉਹਨਾਂ ਨੇ ਖਬਰ ਵੀ ਦਿੱਤੀ ਜਿਹੜੀ ਬੜੀ ਮਾਨ ਵਾਲੀ ਗੱਲ ਹੈ ਜੀ ਜੀ ਕਿ ਇਸ ਟੀਮ ਦੇ ਐਫਰਟ ਨੇ ਇਸ ਲੈਵਲ ਤੱਕ ਇਸ ਵੈਬਸਾਈਟ ਨੂੰ ਲਿਆਂਦੇ ਜੀ ਸੋ ਉਸ ਦੇ ਉੱਤੇ ਹਰ ਜਿਹੜੀ ਵੀ ਅਪਲੋਡ ਹੁੰਦੀ ਹੈ ਉਸ ਤੇ ਬਹੁਤ ਸਾਰੀਆਂ ਟਿੱਪਣੀਆਂ ਹੁੰਦੀਆਂ ਸੋ ਅਸੀਂ ਸਾਰੀਆਂ ਤਾਂ ਨਹੀਂ ਸੁਣਾ ਸਕਦੇ ਜਾਂ ਸ਼ੇਅਰ ਕਰ ਸਕਦੇ ਪਰ ਜਿਹੜੀ ਸਾਨੂੰ ਲੱਗਦਾ ਵੀ ਕ੍ਰਿਟੀਕਲ ਹੈ ਆਲੋਚਨਾ ਹੈ ਉਸ ਨੂੰ ਅਸੀਂ ਪਿਕ ਕਰਦੇ ਸੋ ਜਿਵੇਂ ਅਸੀਂ ਕਸ਼ਮੀਰ ਦੇ ਵਿੱਚ 35 ਸਿੱਖਾਂ ਨੂੰ ਭਾਰਤੀ ਸਿਕਿਉਰਟੀ ਦਸਤਿਆਂ ਵੱਲੋਂ ਮਾਰੇ ਜਾਣ ਦੀ ਗੱਲ 21 ਮਾਰਚ 2000 ਨੂੰ ਜਦੋਂ ਪ੍ਰੈਜ਼ੀਡੈਂਟ ਕਲਿੰਟਨ ਨੇ ਆਪਣਾ ਭਾਰਤ ਦੌਰਾ ਸ਼ੁਰੂ ਕੀਤਾ ਸੀ ਕੀਤੀ ਤੇ ਇਹ ਕੋਈ ਸਨਿਨਾਦ ਦਾ ਇੱਕ ਹੋਰ ਬੇਟਾ ਸਨਨੀ ਵੀ ਆਉਂਦਾ ਸੁਣਾਇਆ ਨਹੀਂ ਕਈ ਦਿਨ ਹੋ ਗਏ ਜੀ ਵਿਚਾਰਾ ਜਾਂ ਤਾਂ ਹਫ ਗਿਆ ਲਿਖ ਲਿਖ ਕੇ ਜਿੰਦ ਭੁੱਲ ਗਿਆ। ਅਪੁੱਲ ਨੇ ਭੁੱਲਿਆ ਤਾਂ ਨਹੀਂ ਹੈ ਉਹਨੂੰ ਲੱਗਦਾ ਵੀ ਕੁੱਟ ਪੈਂਦੀ ਹੈ। ਉਹ ਹੁਣ ਜਿਆਦਾ ਵਿਚਾਰਾ ਸੇਕਸੂਕ ਦੇ ਰਿਹਾ ਹੈ ਫੇਰ ਆਏਗਾ ਬਟ ਇਹ ਤਾਂ ਟਿੱਪਣੀਆਂ ਦੀ ਹੈਗੀ ਹੈ। ਜੀ ਜੀ। ਉਹਨੇ ਕਿਹਾ ਜੀ ਕਿ ਡੇਵਿਡ ਹੈਡਲੀ ਜਿਹੜਾ ਅਮਰੀਕਨ ਔਰ ਪਾਕਿਸਤਾਨੀ ਕਨੈਕਸ਼ਨ ਵੀ ਉਹਦਾ ਸਾਬਤ ਇਹਨਾਂ ਨੇ ਇੱਥੇ ਕੀਤਾ ਕਿਉਂਕਿ ਸਾਹਮਣੇ ਤਾਂ ਆਂਦਾ ਨਹੀਂ ਪਤਾ ਨਹੀਂ ਕੀ ਸਾਬਤ ਕਰਦੇ ਨੇ। ਜੀ। ਉਹਨੇ ਕਿਹਾ ਜੀ ਉਹਨੇ ਇਨਕਸ਼ਾਫ ਕੀਤਾ ਹੈ ਕਿ ਵੀ ਇਹ ਜਿਹੜਾ 35 ਸਿੱਖਾਂ ਨੂੰ ਲਸ਼ਕਰੇ ਤੋਇਬ ਨੇ ਮਾਰਿਆ ਸੀ। ਹੁਣ ਪਹਿਲੀ ਗੱਲ ਤਾਂ ਇਹ ਹੈ ਵੀ ਨਾ ਤਾਂ ਡੇਵਿਡ ਹੈਡਲੀ ਨੂੰ ਅਮਰੀਕਨ ਗਵਰਨਮੈਂਟ ਨੇ ਇੰਡੀਅਨ ਗਵਰਨਮੈਂਟ ਦੇ ਹਵਾਲੇ ਕੀਤਾ ਜੀ ਕਿਹੜੀ ਕੋਰਟ ਚੋਂ ਨੇ ਇਖਲਾਫ ਕੀਤਾ ਇਹ ਦੇ ਸਨੀ ਦੇ ਕੰਨਾਂ ਚ ਕਹਿ ਗਿਆ ਆਕੇ ਜਾਂ ਰਾਤ ਨੂੰ ਸੁਪਨੇ ਚ ਜਾ ਗਿਆ ਇਹਨੂੰ ਜੀ ਕਿ ਜੀ ਅਸੀਂ ਕੀਤਾ ਜਾਂ ਲਸ਼ਕਰੇ ਤੌਇਬਾ ਨੇ ਕੀਤਾ ਸੋ ਅਸੀਂ ਸਮਝਦੇ ਹਾਂ ਵੀ ਪ੍ਰੈਜ਼ੀਡੈਂਟ ਕਲਿੰਟਨ ਦੀ ਟੈਸਟੀਮਨੀ ਜਿਹੜਾ ਉਸ ਵੇਲੇ ਦਾ ਪ੍ਰੈਜ਼ੀਡੈਂਟ ਸੀ ਜਿਹਦੇ ਦੌਰਾਨ ਇਹ ਘਤਨਾ ਆਮ ਜੁੜਿਆ ਹੈ ਉਸ ਤੋਂ ਵੱਧ ਕੇ ਹੋਰ ਕੋਈ ਕ੍ਰੈਡੀਬਲ ਨਹੀਂ ਹੋ ਸਕਦਾ ਕਿਉਂਕਿ ਜਦੋਂ ਇਸ ਕਿਸਮ ਦੇ ਕਾਮੈਂਟ ਪ੍ਰੈਜ਼ੀਡੈਂਟ ਕਰਦਾ ਹੈ ਤਾਂ ਜ਼ਾਹਰ ਹੈ ਵੀ ਉਹਦੇ ਕੋਲ ਉਹਦੀਆਂ ਏਜੰਸੀਆਂ ਦੇ ਪੂਰੇ ਡਾਕੂਮੈਂਟ ਹੁੰਦੇ ਨੇ ਸੋ ਉਹਨੇ ਜਿਵੇਂ ਮਾਈਟੀ ਐਂਡ ਅਲਮਾਈਟੀ ਜਿਹੜੀ ਮੈਰਿਟਨ ਅਲਬ੍ਰਾਈਟ ਦੀ ਕਿਤਾਬ ਹੈ ਉਹਦੇ ਮੁੱਖ ਬੰਦ ਦੇ ਵਿੱਚ ਲਿਖਿਆ ਵੀ ਮੈਂ ਇਹਦੋਂ ਸ਼ੁਰੂ ਕੀਤਾ 35 ਸਿੱਖ ਜਿਹੜੇ ਨੇ ਹਿੰਦੂ دہشت ਗਰਦਾਂ ਨੇ ਮਾਰੇ ਉਹਨੇ ਕਿਹਾ ਜੀ ਸਾਨੂੰ ਪਤਾ ਸੀ ਇਹ ਹੋ ਸਕਦਾ ਪਰ ਅਸੀਂ ਦੇਸ਼ ਦੀ ਭਲਾਈ ਲਈ ਆ ਕੀਤਾ ਉਹ ਕੀਤਾ ਜੀ ਸੋ ਨਲਵਾ ਆਈਡੀ ਨੇ ਜਵਾਬ ਤਾਂ ਦੇ ਦਿੱਤਾ ਪਰ ਮੈਂ ਕਿਹਾ ਫਿਰ ਵੀ ਸਨੀ ਸਨੀ ਜੀ ਨੂੰ ਜਿਹੜਾ ਉਹ ਜਵਾਬ ਮਿਲੇ ਤਾਂ ਸ਼ਾਇਦ ਚੈਨ ਦੀ ਨੀਂਦ ਸੌ ਸਕਣ ਜੀ ਜੀ ਸਾਡੀ ਅਗਲੀ ਟਿੱਪਣੀ ਸਾਡੇ ਵੱਲੋਂ ਪ੍ਰੋਗਰਾਮ ਸੱਚੇ ਸੱਚ ਵਿੱਚ ਇੱਕ ਈਮੇਲ ਦਾ ਜਵਾਬ ਦਿੱਤਾ ਗਿਆ ਸੀ ਜਿਸ ਵਿੱਚ ਪੁੱਛਿਆ ਗਿਆ ਸੀ ਕਿ ਗੁਰਨਾਨ ਦੇਵ ਜੀ ਅ ਅਮਰੀਕਾਏ ਸਨ ਇਸ ਤੇ ਟਿੱਪਣੀ ਕਰਦੇ ਹਾਂ ਵੀਰ ਸਿਮਰਜੀਤ ਸਿੰਘ ਗਿੱਲ ਦਾ ਕਹਿਣਾ ਹੈ ਡਾਕਟਰ ਸਾਹਿਬ ਅਸੀਂ ਸੱਚ ਕਹਿੰਦੇ ਹਾਂ ਤੁਸੀਂ ਸਾਡੇ ਰੋਲ ਰੋਲ ਮਾਡਲ ਹੋ वीर कुक्कु सिंह लिखदे हैं बड़ा मूर्ख आदमी है मक्के ਵਿੱਚ ਕੋਈ ਸਿੱਖ ਜਾਂ ਗੁਰਦੁਆਰਾ ਨਹੀਂ ਹੈ ਫਿਰ ਵੀ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਗੁਰਨਾਨ ਸਾਹਿਬ ਉੱਥੇ ਗਏ ਸਨ ਜੀ ਰਬਰ ਸਾਹਿਬ ਅ ਸਮਰਜੀਤ ਸਿੰਘ ਇਹਨਾਂ ਨੂੰ ਰੋਲ ਮਾਡਲ ਕਹਿੰਦੇ ਨੇ ਤੇ ਵੀਰ कुक्कु ਮੂਰਖ ਕਹਿੰਦੇ ਨੇ ਨਾ ਅਸੀਂ ਰੋਲ ਮਾਡਲ ਹੈ ਨਾ ਇਹਨੇ ਮੂਰਖ ਹੈ ਵਿੱਚ ਵਿਚਾਰੇਦੇ ਆ ਕਈ ਵਾਰੀ ਹੋ ਸਕਦਾ ਹੈ ਮੂਰਖਤਾ ਵਾਲੀਆਂ ਗੱਲਾਂ ਵੀ ਕਰਦੇ ਹੋਈ ਹੈ ਜੀ ਜਿਹੜੀ ਇਹਨਾਂ ਨੂੰ ਮੂਰਖਤਾ ਲੱਗੀ ਹਾਲਾਂ ਜੇ ਉਹ ਮੂਰਖ ਆਦਮੀ ਨਾ ਕਹਿੰਦੇ ਤੇ ਫਿਰ ਵੀ ਉਹਨਾਂ ਦਾ ਜਿਹੜਾ ਆਰਗੂਮੈਂਟ ਹੈ ਉਹਨੂੰ ਅਸੀਂ ਜ਼ਰੂਰ ਵੇਟ ਦਿੰਦਾ ਕਿਉਂਕਿ ਅਸੀਂ ਜਿਹੜਾ ਇਹ ਸਵਾਲ ਸੀ ਕਿ ਵੀ ਕੀ ਗੁਰੂ ਨਾਨਕ ਸਾਹਿਬ ਅਮਰੀਕਾ ਆਏ ਜੀ ਉਹਦੇ ਅਸੀਂ ਵਕਫ ਵਕ ਪਹਿਲਾਂ ਤਾਂ ਗੱਲ ਕੀਤੀ ਸੀ ਜੀ ਇੱਕ ਕਮੈਂਟ ਸਾਡਾ ਸੀ ਕਿ ਵੀ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਗਏ ਜੀ ਉੱਥੇ ਧਰਮਸਾਲ ਜਿਸ ਨੂੰ ਅੱਜ ਅਸੀਂ ਗੁਰਦੁਆਰਾ ਕਹਿੰਦੇ ਆ ਯਾਦਗਾਰ ਸਥਾਪਿਤ ਹੋਈ ਜੀ ਉਹਦਾ ਕੋਈ ਇਤਿਹਾਸਕ ਹਵਾਲਾ ਹੈ ਤੇ ਉੱਥੇ ਕੋਈ ਨਾ ਕੋਈ ਸਿੱਖਾਂ ਦੀ ਹੋਂਦ ਸਿੱਖ ਸੰਗਤ ਥੋੜੀ ਬਹੁਤ ਉਹਨਾਂ ਦੇ ਜਿਹੜੇ ਨੇ ਕੋਈ ਨਾ ਕੋਈ ਲੈਫਟਓਵਰ ਉਸ ਜਨਰੇਸ਼ਨ ਦਾ ਜਾਂ ਕਿਤੇ ਹੋਰ ਉਹਦਾ ਕੋਈ ਨਾ ਕੋਈ ਸਬੰਧ ਹੁੰਦਾ ਹੈ ਜੀ ਸੋ ਇਹਨਾਂ ਦਾ ਆਰਗੂਮੈਂਟ ਜਿਹੜਾ ਇਹਨਾਂ ਨੇ ਮੱਕੇ ਦੇ ਹਵਾਲੇ ਨਾਲ ਕਿਹਾ ਹੈ ਕਿ ਜੀ ਉੱਥੇ ਕੋਈ ਸਿੱਖ ਨਹੀਂ ਹੈ ਤੇ ਕੋਈ ਯਾਦਗਾਰ ਵੀ ਨਹੀਂ ਹੈ ਇਹਦਾ ਮਤਲਬ ਤਾਂ ਇਹ ਨਹੀਂ ਹੈ ਵੀ ਗੁਰੂ ਨਾਨਕ ਸਾਹਿਬ ਉੱਥੇ ਗਏ ਨਹੀਂ ਪਰ ਹੁਣ ਇਹਨਾਂ ਨੂੰ ਜੇ ਕੋਈ ਪੁੱਛੇ ਕਿ ਵੀ ਇਹ ਦੋਵੇਂ ਗੱਲਾਂ ਇਹਨਾਂ ਦੀਆਂ ਠੀਕ ਨੇ ਨਾ ਉੱਥੇ ਸਿੱਖ ਨਹੀਂ ਤੇ ਨਾ ਉੱਥੇ ਯਾਦਗਾਰ ਹੈ ਪਰ ਸਾਡੇ ਕੋਲ ਇਤਿਹਾਸਕ ਹਵਾਲੇ ਭਾਈ ਗੁਰਦਾਸ ਜੀ ਦਾ ਜੀ ਫਿਰ ਬਾਬਾ ਮੱਕੇ ਗਿਆ ਜੀ ਜਾਂ ਬਗਦਾਦ ਦੀ ਗੱਲ ਹੈ ਬਗਦਾਦ ਤਾਂ ਚਲੋ ਬਗਦਾਦ ਚ ਵੀ ਕੋਈ ਯਾਦਗਾਰ ਨਹੀਂ ਸੀ ਨਜ਼ਰ ਆਂਦੀ ਜਦੋਂ ਪਹਿਲੀ ਵਾਰ ਸਿੱਖ ਫੌਜੀ ਪਹਿਲੀ ਸੰਸਾਰ ਜੰਗ ਦੇ ਦੌਰਾਨ ਗਏ 1912-13 ਚ ਉੱਥੇ 14 ਜੰਗ ਸ਼ੁਰੂ ਹੋਈ ਤੇ ਉਹਨਾਂ ਨੇ ਉਸ ਕਬਰਸਤਾਨ ਦੇ ਵਿੱਚ ਉਹ ਜਿਹੜਾ ਲਿਖਿਆ ਸੀ ਖੁਤਬਾ ਕਾਜ਼ੀ ਰੁਕਨਦੀਨ ਦੇ ਨਾਲ ਉਹਨਾਂ ਦੀ ਗੁਰੂ ਨਾਨਕ ਸਾਹਿਬ ਦੀ ਮੁਲਾਕਾਤ ਦਾ ਤੇ ਹਵਾਲਾ ਹੈ ਜਦੋਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਨਾਲ ਹੋਇਆ ਜੀ ਤੇ ਫਿਰ ਉਹ ਸਥਾਪਿਤ ਹੋ ਗਿਆ ਸੋ ਅਸੀਂ ਸਮਝਦੇ ਹਾਂ ਵੀ ਕਿਉਂਕਿ ਸਾਊਦੀ ਅਰੇਬੀਆ ਜਾਂ ਮੱਕੇ ਦੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਹੁੰਦੀਆਂ ਰਹੀਆਂ ਨੇ ਜੀ অটোਮਨ एंपਾਇਰ ਤੋਂ ਲੈ ਕੇ 1920 ਕੀ ਤੋਂ ਜਦੋਂ ਕਿ ਸਾਊਥ ਫੈਮਿਲੀ ਦੇ ਕੋਲ ਆਇਆ ਜੀ ਲੇਕਿਨ ਕਿਉਂਕਿ ਸਾਡੇ ਕੋਲ ਇਤਿਹਾਸਕ ਹਵਾਲਾ ਪਾਈ ਗੁਰਦਾਸ ਜੀ ਦਾ ਹੈ ਜੀ ਫਿਰਿਆ ਮੱਕਾ ਕਲਾ ਵਿਖਾੜੀ ਇਹ ਵੀ ਸਾਡੇ ਕੋਲ ਹੈ ਸੋ ਇਸ ਲਈ ਅਸੀਂ ਇਸ ਦੀ ਬਨਾ ਦੇ ਉੱਤੇ ਗੱਲ ਕਰਦੇ ਹਾਂ ਕਿ ਵੀ ਸਾਡੇ ਕੋਲ ਪਾਈ ਗੁਰਦਾਸ ਕੰਟੈਂਪਰਰੀ ਨੇ ਗੁਰੂ ਅਰਜਨ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਦੀ ਉਹਨਾਂ ਨੇ ਆਦ ਬੀੜ ਲਿਖੀ ਹੈ ਕ੍ਰੈਡੀਬਲ ਐਵਿਡੈਂਸ ਹੈ ਜੀ ਸੋ ਕਿਉਂਕਿ ਅਮਰੀਕਾ ਆਣ ਦਾ ਤੇ ਅਦਰ ਦੈਨ ਕਿ ਜਿਹਨੇ ਵੀ ਕੋਈ ਲਿੰਕ ਬਣਾ ਕੇ ਭੇਜਿਆ ਇਹਦਾ ਕੁਝ ਵੀ ਨਹੀਂ ਹੈ ਸੋ ਇਸ ਲਈ ਅਸੀਂ ਇਸ ਗੱਲ ਨੂੰ ਨਕਾਰਿਆ ਸੀ ਕਿ ਇਸ ਅਸੀਂ ਅਜੇ ਵੀ ਇਹ ਕਹਿੰਦੇ ਆ ਵੀ ਇਹ ਕਈ ਚੀਜ਼ਾਂ ਨਵੀਆਂ ਆਉਂਦੀਆਂ ਰਹਿੰਦੀਆਂ ਨੇ ਹੋ ਸਕਦਾ ਕੱਲ ਨੂੰ ਕਿਸੇ ਥਾਂ ਤੇ ਕੋਈ ਖੁਦਾਈ ਹੋਏ ਥੱਲੋਂ ਕੋ ਪੱਥਰ ਨਿਕਲ ਆਇਆ ਹੋ ਤੇ ਮੂਲ ਮੰਤਰ ਲਿਖਿਆ ਹੋਏ ਜੀ ਜਿਹਦਾ ਸਮਾਉ 500 ਸਾਲ ਪਹਿਲਾਂ ਜਿਹੜੇ ਇਸ ਫੀਲਡ ਦੇ ਮਾਰ ਨੇ ਸਰਟਨਲੀ ਦੇਣਾ ਸੀ ਸਚਾਂਗੇ ਵੀ ਜੇ ਗੁਰੂ ਨਾਨਕ ਨਾ ਵੀ ਆਏ ਹੋਣ ਉਹਨਾਂ ਦਾ ਕੋਈ ਸਿੱਖ ਆਇਆ ਹੋਏਗਾ ਪਰ ਅਸੀਂ ਰਾਦਰ ਇਸ ਗੱਲ ਨੂੰ ਵੱਡਿਆਂ ਕਰਕੇ ਕਹੇ ਸੀਗੇ ਗੁਰੂ ਨਾਨਕ ਹਰਥਾਂ ਪਹੁੰਚ ਗਏ ਜੀ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ ਥਾਂ ਥਾਂ ਤੇ ਸਾਡੇ ਨਿਸ਼ਾਨ ਸਾਹਿਬ ਝੂਲਦੇ ਨੇ ਕੱਲੇ ਇਟਲੀ ਦੇ ਵਿੱਚ 35 ਦੇ ਕਰੀਬ ਗੁਰਦੁਆਰੇ ਨੇ ਜਿੱਥੇ ਕਦੇ ਰੋਮ ਚੋਂ ਉਹ ਜਾ ਉਹਨਾਂ ਦੇ ਜਿਹੜੇ ਮਿਸ਼ਨਰੀ ਨੇ ਵੀ ਜਿਹੋਏ ਦੁਨੀਆਂ ਨੂੰ ਕਨਵਰਟ ਕਰਨ ਜਾਂਦੇ ਸੀ ਜੀ ਸੋ ਫਿਰ ਵੀ ਇਹਨਾਂ ਦਾ ਵੀਰ ਕੁਕੂ ਜੀ ਦਾ ਬਹੁਤ-ਬਹੁਤ ਧੰਨਵਾਦ ਕਿ ਉਹਨਾਂ ਨੇ ਸਾਨੂੰ ਮੂਰਖ ਦਾ ਲਕਬ ਦਿੱਤਾ ਤੇ ਸਾਡੀ ਹੋਮੇ ਦਾ ਗ੍ਰਾਫ ਜਿਹੜਾ ਉੱਥੇ ਲੈ ਲਿਆਂਦਾ ਜੀ ਜੀ ਬਿਲਕੁਲ ਡਾਕਟਰ ਸਾਹਿਬ ਇਥੇ ਲੈਣੇ ਬ੍ਰੇਕ ਵੀਰ ਜੀ ਸਾਡਾ ਇਸ ਤਰ੍ਹਾਂ ਜੁੜੀ ਰਿਹਾ ਮਿਲਦੇ ਆਫਟਰ ਦ ਸ਼ਾਰਟ ਬ੍ਰੇਕ छा खेड़ा सिर्फ मिलते हैं टीवी रिफोर्ट से दौलत शौरत सेहत। हर इंसान की सबसे बड़ी ख्वाहिश है दौलत शहद के लिए आप बहुत मेहनत करते हैं मगर आपकी सेहत का ख्याल रखेंगे हम हम लेके आ रहे हैं एक ऐसा शो जिसमें हम मुलाकात करवाएंगे आपकी एक्सपर्ट डॉक्टर्स के साथ आप पूछ सकते हैं उनसे अपने सवाल और वो देंगे आपके हर सवाल का जवाब हमारे साथ शामिल हो हर इतवार की रात नौ बजे देखना मत भूलिएगा ओनली ऑन टीवी एटी फोर ਤੁਸੀਂ ਦੇਖਣਾ ਚਾਹੁੰਦੇ ਹੋ ਆਪਣਾ ਮਨਪਸੰਦ ਦਾ ਗਾਣਾ ਤਾਂ ਫੇਰ ਤੁਸੀਂ ਟੀਵੀ 84 ਹੀ ਲਗਾਣਾ ਥੋੜਾ ਜਿਹਾ ਨੱਚਣਾ ਤੇ ਥੋੜਾ ਜਿਹਾ ਗਾਣਾ ਤੇ ਖੂਬ ਕਰਾਂਗੇ ਹੰਗਾਮਾ ਇੱਥੇ ਕੋਈ ਚੀਜ਼ ਐ ਮਹਿੰਗੀ ਤੇ ਕੋਈ ਐ ਸਸਤੀ ਪਰ ਤੁਸੀਂ ਫਿਕਰ ਨਾ ਕਰਨਾ ਮੈਂ ਕਰਾਵਾਂਗੀ ਨਾ ਤੁਹਾਨੂੰ ਮौज-ਮਸਤੀ ਬਾਈਗੁਰਜੀ ਦਾ ਖਾਲਸਾ ਬਾਈਗੁਰਜੀ ਦੀ ਫਤਿਹ ਮੈ ਰੀਤ ਕੋ ਤੁਹਾਡਾ ਨਿਊਜ਼ ਟੀਵੀ 84 ਦੇ ਵਿੱਚ ਸਵਾਗਤ ਕਰਦੀ ਹਾਂ ਨਿਊਜ਼ ਟੀਵੀ 84 ਦੇ ਵਿੱਚ ਅਸੀਂ ਤੁਹਾਨੂੰ ਮਿਲਾਨੇ ਹਾਂ ਉਹਨਾਂ ਸ਼ਖਸੀਤਾਂ ਦੇ ਨਾਲ ਜਿਹੜੀਆਂ ਸੱਚ ਹੱਕ ਤੇ ਇਨਸਾਫ ਦੇ ਲਈ ਜੂਝ ਰਹੀਆਂ ਨੇ ਤੇ ਤੁਹਾਨੂੰ ਸੁਣਾਵਾਂਗੇ ਉਹਨਾਂ ਦੀ ਆਵਾਜ਼ ਜਿਸ ਆਵਾਜ਼ ਨੂੰ ਭਾਰਤ ਸਰਕਾਰ ਤੇ ਉਹਨਾਂ ਦਾ ਪਿੱਠੂ ਮੀਡੀਆ ਬਾਹਰ ਨਹੀਂ ਨਿਕਲਣ ਦਿੰਦਾ ਤੁਸੀਂ ਮਿਲੋਗੇ ਪੰਥਕ ਵੇੜੇ ਵਿੱਚ ਖੁਸ਼ਬੂ ਵੰਨ ਰਹੇ ਉਹਨਾਂ ਮਹਾਨ ਸ਼ਖਸੀਤਾਂ ਦੇ ਨਾਲ ਜਿਨ੍ਹਾਂ ਨੇ ਧਾਰਮਿਕ ਸਮਾਜਿਕ ਆਰਥਿਕ ਤੇ ਰਾਜਨੀਤਿਕ ਖੇਤਰਾਂ ਦੇ ਵਿੱਚ ਯੋਗਦਾਨ ਪਾਇਆ ਹੈ ਤੁਹਾਨੂੰ ਲੈ ਕੇ ਚੱਲਾਂਗੇ ਨਾ ਸਾਰੀਆਂ ਥਾਵਾਂ ਦੇ ਉੱਪਰ ਜਿੱਥੇ ਤੁਸੀਂ ਨਹੀਂ ਪਹੁੰਚ ਸਕਦੇ ਤੁਸੀਂ ਸੰਸਾਰ ਭਰ ਦੇ ਵਿੱਚ ਬੈਠੇ ਸਾਰੇ ਹੀ ਸਿੱਖਾਂ ਦੀ ਖੁਸ਼ੀ ਤੇ ਗਮੀ ਦੇ ਵਿੱਚ ਸ਼ਾਮਿਲ ਹੋਵੋਗੇ ਅਤੇ ਇੱਕੋ ਹੀ ਸਿੱਖੀ ਮਾਰਾ ਦੇ ਮਨ ਕੇ ਬਨੰਦਾ ਅਹਿਸਾਸ ਵੀ ਪ੍ਰਾਪਤ ਕਰੋਗੇ ਇਹ ਸਭ ਕੁਝ ਤੁਸੀਂ ਦੇਖੋਗੇ ਮੇਰੇ ਨਾਲ ਸਿਰਫ ਨਿਊਜ਼ ਟੀਵੀ 84 ਤੇ ਪੀਅਰਜ਼ ਵੈਲਕਮ ਬੈਕ ਇਨ ਅਵਰ ਪ੍ਰੋਗਰਾਮ ਜੀ ਰਾਉਤ ਸਾਹਿਬ ਹੁਣ ਅਸੀਂ ਆਪਣੇ ਸਵਾਲ ਜਵਾਬ ਸੈਸ਼ਨ ਸ਼ੁਰੂ ਕਰਦੇ ਹਾਂ ਅੱਜ 31 ਅਕਤੂਬਰ 2013 15 ਕਤਕ ਨਾਨਕਸ਼ਹੀ ਸੰਮਤ 545 ਦਾ ਦਿਨ ਹੈ ਤੇ ਤੁਸੀਂ ਸਾਡੇ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਕ ਹੈਮਤ ਹੈ ਸਿੱਖ ਇਤਿਹਾਸ ਦੇ ਹਵਾਲੇ ਨਾਲ 1752 ਚ ਮੀਰ ਮੰਨੂ ਦੇ ਜ਼ੁਲਮਾਂ ਦੀ ਚੱਕੀ ਬਹੁਤ ਤੇਜ਼ੀ ਨਾਲ ਚੱਲਣ ਲੱਗੀ ਜੀ ਇਲਾਕਿਆਂ ਚੋਂ ਸਿੱਖ ਪਰਿਵਾਰ ਬੀਬੀਆਂ ਬੱਚੇ ਉਹਨਾਂ ਨੂੰ ਗ੍ਰਫਤਾਰ ਕਰਕੇ ਲਾਹੌਰ ਲਿਆਂਦਾ ਜਾਂਦਾ ਔਰ ਇਹ ਉਹਨੇ ਮੀਰ ਮੰਨੂ ਨੇ ਜਿਹੜਾ ਉਹਦਾ ਹਿੰਦੂ ਵਜ਼ੀਰ ਲਖਪਤ ਰਾਏ ਜਿਹਨੂੰ ਲੱਖੂ ਕਹਿੰਦੇ ਨੇ ਸਿੱਖ ਜੀ ਕਿਉਂਕਿ ਇਹਦਾ ਭਰਾ ਜਸਪਤ ਰਾਏ ਜਿਹਨੂੰ ਜਸੂ ਕਹਿੰਦੇ ਸੀ ਉਹ ਸਿੱਖਾਂ ਹੱਥੋਂ ਮਾਰਿਆ ਗਿਆ ਸੀ ਬਾਬੇ ਦੀ ਬੇਰ ਸਿਆਲਕੋਟ ਚ ਜੀ ਤੇ ਉਹਨੇ ਫਿਰੇ ਬਦਲੇ ਦੀ ਭਾਵਨਾ ਦੇ ਨਾਲ ਉਹਨੇ ਐਲਾਨ ਕੀਤਾ ਕਿ ਇੱਕ ਖੱਤਰੀ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪੰਥ ਸ਼ੁਰੂ ਕੀਤਾ ਸੀ ਤੇ ਇੱਕ ਖੱਤਰੀ ਲਖਪਤ ਰਾਏ ਦਾ ਅੰਤ ਕਰੇਗਾ ਜੀ ਸੋ ਬੱਚਿਆਂ ਦੇ ਉੱਤੇ ਬੀਬੀਆਂ ਦੇ ਉੱਤੇ ਜਿਹੜਾ ਅਸੀਂ ਇਤਿਹਾਸ ਪੜ੍ਹਦੇ ਆ ਕਿ ਟੋਟੇ ਟੋਟੇ ਕਰਵਾ ਕੇ ਗਲਾਂ 'ਚ ਹਾਰ ਪਵਾਏ ਸੁਵਾ ਸੁਵਾ ਮੰਨ ਦੇ ਪੀਸਨੇ ਪੀਸੇ ਜੀ ਇਸ ਦੌਰ ਦੀ ਗੱਲ ਹੈ ਔਰ ਸਿੱਖਾਂ ਨੇ ਉਦੋਂ ਵੀ ਜਿਹੜੀ ਸਿੱਖ ਸਪਿਰਟ ਸੀ ਉਹ ਕਦੇ ਵੀ ਡੈਂਪਨ ਨਹੀਂ ਹੋਈ ਕਦੇ ਵੀ ਉਸ ਦੇ ਵਿੱਚ ਕਮਜ਼ੋਰੀ ਨਹੀਂ ਆਈ ਸਿੱਖੇ ਪੜ੍ਹਦੇ ਸੀ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ ਜਿਉਂ ਮੰਨੂ ਵੱਡਦਾ ਅਸੀਂ ਬੂਣ ਸਵਾਏ ਹੋਏ ਸੋ ਸੋਏ ਵਾਈਲਡ ਗ੍ਰਾਸ ਹੁੰਦੀ ਆ ਜਿਵੇਂ ਤੁਸੀਂ ਉਹਨੂੰ ਵੱਢੋ ਉਹ ਹੋਰ ਗਰੋਉ ਹੁੰਦੀ ਆ ਕਿਹਾ ਵੀ ਅਸੀਂ ਨਹੀਂ ਮਰਦੇ ਮੰਨੋਂ ਦੇ ਨਾਲ ਅੱਥੋਂ ਨਹੀਂ ਮਰਦੇ ਜੀ ਸੋ ਇਹ ਉਹ ਦੌਰ ਸੀ 1758 ਚ ਕਿਉਂਕਿ ਜਿਉਂ-ਜਿਉਂ ਜ਼ੁਲਮਾਂ ਦੀ ਚੱਕੀ ਤੇਜ਼ ਚੱਲੀ ਖਾਲਸੇ ਦਾ ਆਜ਼ਾਦੀ ਦਾ ਸੰਕਲਪ ਹੋਰ ਵੀ ਮਜ਼ਬੂਤੀ ਨਾਲ ਲੱਗਿਆ ਔਰ 1758 ਚ ਸਖਾ ਨੇ ਫਿਰ ਸਰਬਤ ਖਾਲਸਾ ਦੇ ਮੌਕੇ ਇਹ ਗੁਰਮਤਾ ਕੀਤਾ ਸ੍ਰੀ ਅੰਮ੍ਰਿਤਸਰ ਅਕਾਲ ਤਖਤ ਕੇ ਹੁਣ ਅਸੀਂ ਸਾਰਾ ਪੰਜਾਬ ਇਸ ਤੇ ਕਬਜ਼ਾ ਕਰਨੇ ਜੀ ਫਿਰ ਅਸੀਂ ਦੇਖਦੇ ਹਾਂ ਕਿ ਬਹੁਤ ਜਲਦੀ ਲਾਹੌਰ ਔਰ ਬਾਕੀ ਜਿਹੜੇ ਸ਼ਹਿਰ ਨੇ ਵੱਡੇ ਵੱਡੇ ਇਲਾਕੇ ਪਠਾਨਾ ਦੇ ਗੜ ਮੁਗਲਾਂ ਦੇ ਉਹ ਸਿੱਖਾਂ ਦੇ ਪੈਰਾਂ ਚ ਆ ਕੇ ਡਿਗੇ ਜੀ 1984 ਨਵੰਬਰ 84 ਇਹ ਜੁੜਿਆ ਹੋਇਆ ਹੈ 31 ਅਕਤੂਬਰ ਨਾਲ ਅੱਜ 31 ਅਕਤੂਬਰ ਦਾ ਦਿਨ ਹੈ ਜੀ ਔਰ ਅੱਜ ਉਹ ਦਿਨ ਹੈ ਜਿਸ ਦਿਨ ਸਿੱਖ ਇਤਿਹਾਸ ਨੂੰ ਦੁਬਾਰਾ ਜ਼ਿੰਦਾ ਕੀਤਾ ਹੈ ਕੌਮ ਦੇ ਨਾ ਦੋ ਬਲਕਾਰ ਯੋਧਿਆਂ ਨੇ ਸ਼ਹੀਦ ਭਾਈ ਬਿਆਨ ਸਿੰਘ ਸ਼ਹੀਦ ਭਾਈ ਸਤਵੰਤ ਸਿੰਘ ਨੇ ਜੀ ਸ਼ਹੀਦ ਬਿਆਨ ਸਿੰਘ ਦੇ ਚਾਚਾ ਕੇਰ ਸਿੰਘ ਉਹਨਾਂ ਨੂੰ ਇਸ ਲਈ ਮੌਤ ਦੀ ਸਜ਼ਾ ਦਿੱਤੀ ਗਈ ਫਾਂਸੀ ਤੇ ਚੜ੍ਹਾਇਆ ਗਿਆ ਜੁਡੀਸ਼ੀਅਲ ਮਰਡਰ ਕੀਤਾ ਗਿਆ ਕਿ ਉਹਨਾਂ ਨੇ ਆਪਣੇ ਭਤੀਜੇ ਬਿਆਨ ਸਿੰਘ ਨੂੰ ਅੰਮ੍ਰਿਤ ਛਕਣ ਲਈ ਪ੍ਰੇਰਣਾ ਕੀਤੀ ਸੀ ਔਰ ਜੱਜਾਂ ਨੇ ਲਿਖਿਆ ਫੈਸਲੇ ਚ ਕਿ ਜੀ ਕਿਉਂਕਿ ਅੰਮ੍ਰਿਤ ਛਕਣ ਤੋਂ ਬਾਅਦ ਉਹਨੇ ਇੰਦਰਾ ਗਾਂਧੀ ਨੂੰ ਸਜ਼ਾ ਦੇਣ ਦਾ ਫੈਸਲਾ ਕੀਤਾ ਇਸ ਲਈ ਇਹ ਕਨਸਪੀਰੇਸੀ ਹੈ ਫॉर ਮਰਡਰ ਸੋ ਇਹ ਅੱਜ ਦਾ ਦਿਨ ਹੈ ਜਿਸ ਦਿਨ ਇਤਿਹਾਸ ਦੁਬਾਰਾ ਜੀ ਉੱਠੇ ਜੀ ਔਰ ਇਹ ਮੈਸੇਜ ਗਿਆ ਹੈ ਕਿ ਕੋਈ ਮਸਾਰੰਗੜ ਕੋਈ ਅਬਦਾਲੀ ਜਿਹੜਾ ਉਹ ਜੇ ਕੋਈ ਇੰਦਰਾ ਗਾਂਧੀ ਹਰਮੰਦਰ ਵਾਲ ਜਿਹੜਾ ਵੀ ਕੈਰੀ ਅੱਖ ਨਾਲ ਦੇਖੇਗਾ ਉਸ ਨੂੰ ਫਿਰ ਸਿੱਖ ਆਪਣੀ ਜਾਨ ਤੇ ਖੇਲ ਕੇ ਆਪਣੇ ਪ੍ਰਾਨ ਪਿਆਰੇ ਹਰਮੰਦਰ ਆਪਣੇ ਅਕਾਲ ਤਖਤ ਦੀ ਅਸਮਤ ਦੇ ਲਈ ਕੁਝ ਵੀ ਕਰ ਗੁਜ਼ਰਨਗੇ ਜੀ ਔਰ ਇਹ ਵੀ ਇੱਕ ਇਤਫਾਕ ਹੈ ਕਿ ਜਦੋਂ ਪੱਛਮ ਦੇ ਵਿੱਚ ਅਜ ਅਮਰੀਕਾ ਚ ਵੀ ਬਾਹਰ ਅਸੀਂ ਜੇ ਦੇਖੀਏ ਤਾਂ ਕਿਵੇਂ ਨਿਆਣੇ ਘੁੰਮ ਰਹੇ ਨੇ ਬੜੀਆਂ ਰੰਗ ਬਰੰਗੀਆਂ ਪੋਸ਼ਾਕਾਂ ਕਾਲੀਆਂ ਚਿੱਟੀਆਂ ਜੀ ਡਰਾਉਣੀਆਂ ਔਰ ਆਪਣੇ ਅਸਲ ਰੂਪ ਨੂੰ ਲੁਕਾਉਣ ਵਾਲੀਆਂ ਕਿਉਂ ਯੂਰਪ ਚੋ ਇਹ ਦਿਨ ਆਇਆ ਨੂੰ ਆਲ ਘੋਸਟ ਡੇ ਕਹਿੰਦੇ ਨੇ ਭੂਤਾਂ ਦਾ ਦਿਨ ਕਹਿੰਦੇ ਨੇ 31 ਅਕਤੂਬਰ ਤੇ ਇਹ ਰੂਪ ਬਣਾ ਕੇ ਔਰ ਬਹੁਤ ਵਾਰੀ ਇਹ ਅਗ ਬਾਲ ਕੇ ਇਹਨਾਂ ਦੀ ਬੋਨਫਾਇਰ ਹੁੰਦੀ ਸੀ ਕਿ ਭੂਤਾਂ ਨੂੰ ਡਰਾਣਾ ਜੀ ਸੋ ਅਸੀਂ ਸਮਝਦੇ ਹਾਂ ਵੀ ਇਹ ਤਾਂ ਪਤਾ ਨਹੀਂ ਕੋਈ ਭੂਤ ਹੁੰਦੇ ਨੇ ਜਾਂ ਨਹੀਂ ਹੈਗੇ ਲੇਕਿਨ ਅਸਲੀ ਭੂਤਣੀ ਜਿਹਨੇ ਸੱਚਮੁੱਚ ਹਜ਼ਾਰਾਂ ਦਾ ਖੂਨ ਕੀਤਾ ਖੂਨ ਪੀਤਾ ਰਾਖਸ਼ਸਣੀ ਨੇ ਜਿਹਨੂੰ ਵਾਜਪਾਏ ਨੇ ਦੁਰਗਾ ਦਾ ਅਵਤਾਰ ਕਿਹਾ ਸੀ ਦੁਰਗਾ ਦਾ ਵੀ ਰੂਪ ਇਹੀ ਹੈ ਵੀ ਉਹ ਖੂਨ ਪੀਂਦੀ ਆ ਇਹਨੇ ਜਿਹੜਾ ਹਜ਼ਾਰਾਂ ਬੇਗੁਨਾਹ ਸਿੱਖ ਮਾਰੇ ਔਰ ਇਹਨੂੰ ਫਿਰ ਸਿੱਖਾਂ ਨੇ ਕੁਦਰਤੀ ਮੌਤ ਨਹੀਂ ਮਰਨ ਦਿੱਤਾ ਔਰ ਅੱਜ ਬਿਆਨ ਸਿੰਘ ਸਤਵੰਤ ਸਿੰਘ ਦੀ ਯਾਦ ਨੂੰ ਪਾਈਕੇਸ ਨੂੰ ਦੀ ਯਾਦ ਨੂੰ ਅਸੀਂ ਇਹ ਦਿਨ ਸਮਰਪਿਤ ਕਰਦੇ ਹਾਂ ਜੀ ਸੋ ਅੱਜ ਦੇ ਦਿਨ ਇਹ ਪਨਿਸ਼ਮੈਂਟ ਦਿੱਤੀ ਵਰਲਡ ਹਿਸਟਰੀ ਦੇ ਹਵਾਲੇ ਨਾਲ 1864 ਚ ਨਿਵਾਡਾ ਜਿਹੜਾ ਉਹ 36ਵੀਂ ਸਟੇਟ ਦੇ ਤੌਰ ਤੇ ਅਮਰੀਕਾ ਦੀ ਦੀ ਯੂਨੀਅਨ ਦਾ ਹਿੱਸਾ ਬਣਿਆ 1868 ਚ ਪੋਸਟਲ ਕੈਰੀਅਰਸ ਆ ਜਿਹੜੇ ਪੋਸਟ ਆਫਿਸ ਵਾਲੇ ਯੂਨੀਫਾਰਮ ਪਾਉਂਦੇ ਨੇ 1868 ਚ ਨੂੰ ਸਟੈਂਡਰਡਾਈਜ਼ ਕੀਤਾ ਗਿਆ ਜੀ Uh, 1914 ਦੇ ਵਿੱਚ ਗ੍ਰੇਟ ਬ੍ਰਿਟਨ ਤੇ ਫਰਾਂਸ ਨੇ 오ਟੋਮਨ एंपਾਇਰ ਜੇ 터ਕੀ ਦੇ ਖਿਲਾਫ ਜੰਗ ਡਿਕਲੇਅਰ ਕੀਤੀ 1952 ਚ ਅਮਰੀਕਾ ਨੇ ਪਹਿਲਾ ਆਪਣਾ ਥਰਮੋਨਿਊਕਲੀਅਰ ਬੰਬ ਜਿਸ ਨੂੰ ਸੀ ਹਾਈਡਰੋਜਨ ਬੰਬ ਕਹਿੰਦੇ ਆ ਜੀ ਉਹ ਇਜ਼ਾਦ ਕੀਤਾ 1956 ਚ ਬ੍ਰਿਟਨ ਤੇ ਫਰਾਂਸ ਨੇ ਮਿਲ ਕੇ ਜਿਹੜਾ ਉਹ ਬੌਮਬਿੰਗ ਇਜੀਪਟ ਦੀ ਸ਼ੁਰੂ ਕੀਤੀ ਤਾਂ ਕਿ ਸੂਏਜ਼ ਕਨਾਲ ਜਿਹੜੀ ਕਰਨਲ ਨਾਸਰ ਨੇ ਬੰਦ ਕਰ ਦਿੱਤੀ ਸੀ ਉਸ ਨੂੰ ਖੋਲhaya ਜਾਏ ਜੀ ਤੇ 2011 ਦੇ ਵਿੱਚ ਯੂनाइटेड ਨੇਸ਼ਨਸ ਦੀ ਪੋਪੂਲੇਸ਼ਨ ਡਿਵੀਜ਼ਨ ਨੇ ਡਿਕਲੇਅਰ ਕੀਤਾ ਹੈ ਕਿ ਇਸ ਧਰਤੀ ਦੇ ਉੱਤੇ ਹੁਣ 7 ਬਿਲੀਅਨ ਤੋਂ ਜ਼ਿਆਦਾ ਲੋਕ ਨੇ ਸੋ 7 ਬਿਲੀਅਨ ਤਾਂ 2011 ਵਿੱਚ ਸੀ ਹੁਣ ਕਈ 100 ਮਿਲੀਅਨ ਹੋਰ ਸ਼ਾਮਲ ਹੋ ਗਏ ਹੋਣਗੇ ਇਹ ਵਰਲਡ ਹਿਸਟਰੀ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦੇ ਦਿਨ ਦੀ ਇਤਿਹਾਸਿਕ ਅਹਿਮੀਤ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਸਾਡਾ ਪਹਿਲਾ ਸਵਾਲ ਹੈ 29 ਸਾਲ ਪਹਿਲਾਂ ਅੱਜ ਦੇ ਦਿਨ 인ਦਰਾ ਗਾਂਧੀ ਦਾ ਅੰਤ ਹੋਇਆ ਇਹਨਾਂ 29 ਸਾਲਾਂ ਵਿੱਚ ਭਾਰਤ ਵਿੱਚ ਕੀ ਸੀ ਅਸੀ ਤਬਦੀਲੀਆਂ ਆਈਆਂ ਦੇਖੋ ਇੰਦਰਾ ਗਾਂਧੀ ਦੇ ਅੰਤ ਨੇ ਇੱਕ ਉਸ ਡਾਇਨੇਸਟੀ ਜਿਹੜੀ ਕਿ ਭਾਵੇਂ ਗੰਗੂ ਬ੍ਰਾਹਮਣ ਤੋਂ ਸ਼ੁਰੂ ਹੋਈ ਜਾਂ ਮੋਤੀ ਲਾਲ ਨਹਿਰੂ ਤੋਂ ਜ਼ਿਆਦਾ ਤੌਰ ਤੇ ਪਤਾ ਹੀ ਹੈ ਮੋਤੀ ਲਾਲ ਨਹਿਰੂ ਜਵਾਰ ਲਾਲ ਨਹਿਰੂ ਇੰਦਰਾ ਗਾਂਧੀ ਅੱਗੋਂ ਸੰਜੇ ਗਾਂਧੀ ਕੁਦਰਤੀ ਮਾਤੇ ਮਰ ਗਿਆ ਪਰ ਇਹ ਰਾਜੀਵ ਗਾਂਧੀ ਨੂੰ ਤਿਆਰ ਕਰ ਰਹੀ ਸੀ ਜੀ ਸੋ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕਰਕੇ ਸਿੱਖਾਂ ਨੇ ਸਾਊਥ ਏਸ਼ੀਆ ਚ ਇੱਕ ਆਜ਼ਾਦੀ ਦੇ ਦੌਰ ਨੂੰ ਜਨਮ ਦਿੱਤਾ ਨਤੀਜੇ ਦੇ ਤੌਰ ਤੇ ਸਿੱਖ ਸਟਰਗਲ ਆਜ਼ਾਦੀ ਦੀ ਸ਼ੁਰੂ ਹੋਈ ਬੜੀ ਮਜ਼ਬੂਤੀ ਨਾਲ ਜਿਹੜੀ ਅੱਜ ਵੀ ਪਾਵੇਂ ਇੱਕ ਡਿਫਰੈਂਟ ਰੂਪ ਚ ਹੈ ਜੀ ਜਦੋਂ ਕੱਲ 10 ਲੱਖ ਸਿੱਖ ਜਿਨ੍ਹਾਂ ਨੇ ਦਸਕਤ ਕੀਤੇ ਨੇ ਪੈਟੀਸ਼ਨ ਤੇ ਜਨੀਵਾ ਚ ਹਿਊਮਨ ਰਾਈਟ ਪੈਟੀਸ਼ਨ ਦੇ ਰਹੇ ਨੇ ਹਜ਼ਾਰਾਂ ਸੇ ਕੁੱਤੇ ਪ੍ਰੋਟੈਸਟ ਲਈ ਪਹੁੰਚੇ ਨੇ ਤੇ ਗੱਲ ਮੁੱਕੀ ਨਹੀਂ ਹੈ 29 ਸਾਲ ਬਾਅਦ ਵੀ ਅਸੀਂ ਆਪਣੀ ਸਟਰਗਲ ਅਕਾਲ ਤਖਤ ਤੋਂ ਜਿਹੜਾ ਖਾਲਸਾਣ ਦਾ ਐਲਾਨਨਾਮਾ ਹੋਇਆ ਉਸ ਤੋਂ ਲੈ ਕੇ ਤੇ ਜਨੀਵਾ ਤੱਕ ਪਹੁੰਚ ਗਏ ਹੈ ਜੇ ਅਮਰੀਕਨ ਕਾਂਗਰਸ ਤੇ ਵੀ ਅੱਜ 35 36 ਕਾਂਗਰਸ ਮੈਂ ਅਮਰੀਕਨ ਸਿਕ ਕਾਂਗਰੈਸ਼ਨਲ ਕੋਕਰਸ ਦਾ ਹਿੱਸਾ ਨੇ ਤੇ ਸਾਡੀ ਸਟਰਗਲ ਇੱਥੋਂ ਤੱਕ ਪਹੁੰਚੀ ਹੈ ਜੇ ਕੈਨੇਡਾ ਦੇ ਵਿੱਚ ਐਨਡੀਪੀ ਪਾਰਟੀ ਜਿਹੜੀ ਹੈ ਉਹ ਇਸ ਗੱਲ ਦੇ ਲਈ ਕਿ ਪਾਈ ਹੈ ਜਵਾਬਦੇ ਬਣਾਇਆ ਜਾਏ ਵੀ ਇਹਨਾਂ ਨੇ ਨਸਲ ਕੁਸ਼ੀ ਕੀਤੀ ਹੈ ਇਸ ਨੂੰ ਰੈਕਗਨਾਈਜ਼ ਕਰਦੀ ਹੈ ਤੇ ਸਾਡੀ ਸਟਰਗਲ ਕੈਨੇਡਾ ਤੱਕ ਪਹੁੰਚੀ ਹੈ ਇੰਗਲੈਂਡ ਦੇ ਵਿੱਚ ਜਿਵੇਂ ਸਿਕ ਫੈਡਰੇਸ਼ਨ ਨੇ ਦੋਨਾਂ ਪਾਰਟੀਆਂ ਦੇ ਵਿੱਚ ਆਪਣਾ ਬੇਸ ਬਣਾਇਆ ਸੋ ਸਾਡੇ ਹਵਾਲੇ ਨਾਲੇ ਕਸ਼ਮੀਰ ਦੇ ਵਿੱਚ ਹਥਿਆਰਬੰਦ ਸੰਘਰਸ਼ ਸ਼ੁਰੂ ਹੋਇਆ 1999 ਵਿੱਚ ਔਰ ਅੱਜ ਵੀ ਕਸ਼ਮੀਰੀ ਸਟਰਗਲ ਬਰਾਬਰ ਜਾ ਰਹੀ ਹੈ ਭਾਰਤ ਭਰ ਦੇ ਵਿੱਚ ਦਰਦ ਪਾਈ ਚਾਰਾ ਜਿਵੇਂ ਉਸ ਤੋਂ ਬਾਅਦ ਆਰਗੇਨਾਈਜ਼ ਹੋਇਆ ਅੱਜ ਭਾਰਤ ਦੀਆਂ 10 ਸਟੇਟਾਂ ਦੇ ਵਿੱਚ ਨਕਸਲਾਈਟ ਮੂਵਮੈਂਟ ਜਿਹੜੀ ਹੈ ਪੂਰੇ ਜ਼ੋਰ ਦੇ ਨਾਲ ਚੱਲ ਰਹੀ ਹੈ ਮਨੀਪੁਰ ਦੇ ਵਿੱਚ ਨਾਗaland ਦੇ ਵਿੱਚ ਸੋ ਭਾਰਤ ਭਰ ਦੇ ਵਿੱਚ ਸਿੱਖਾਂ ਦੇ ਉਸ ਚੈਲੰਜ ਕਰਨ ਦੀ ਕੈਪੈਸਿਟੀ ਨੇ ਇਹਨਾਂ ਮੂਵਮੈਂਟਸ ਨੂੰ ਜਨਮ ਦਿੱਤਾ ਹੈ ਜੀ ਦਿੱਲੀ ਦੇ ਰਾਜਸੀ ਟਾਂਚੇ ਕਿੱਥੇ ਇੰਡੀਆ ਇਜ਼ ਇੰਦਰਾ ਐਂਡ ਇੰਦਰਾ ਇਜ਼ ਇੰਡੀਆ ਇਹ ਨਾਰਾਸੀ ਅੱਜ ਮਨਮੋਹਨ ਸਿੰਘ ਵਰਗਾ ਵੀ ਜਿਹੜਾ 20 22 ਪਾਰਟੀਆਂ ਨੂੰ ਨਾਲ ਲੈ ਕੇ ਤੇ ਉਹ ਸਰਕਾਰ ਚਲਾ ਰਿਹਾ 2014 ਚ ਪਾਰਲੀਮੈਂਟ ਦੀਆਂ ਚੋਣਾਂ ਨੇ ਔਰ ਬੇਸ਼ੱਕ ਬੀਜੇਪੀ ਕਾਂਗਰਸ ਇਹਨਾਂ ਨੇ ਆਪਣੇ ਆਪਣੇ ਘੋੜੇ ਅੱਗੇ ਉਤਾਰੇ ਨੇ ਪਰ ਕੱਲ 14 15 ਪਾਰਟੀਆਂ ਦਾ ਇਕੱਠ ਦਿੱਲੀ ਦੇ ਵਿੱਚ ਹੁੰਦਾ ਹੈ ਥਰਡ ਫੋਰਸ ਸਾਹਮਣੇ ਆ ਰਹੀ ਹੈ ਸੋ ਅਸੀਂ ਸਮਝਦੇ ਹਾਂ ਵੀ ਜੇ ਅੱਜ ਭਾਰਤ ਦੀਆਂ ਸਟੇਟਾਂ ਚ ਯੂਪੀ ਦੇ ਵਿੱਚ ਸਮਾਜਵਾਦੀ ਪਾਰਟੀ ਹੈ ਬੰਗਾਲ ਚ ਮਮਤਾ ਬਨਰਜੀ ਦੀ ਪਾਰਟੀ ਹੈ ਤਮਿਲਨਾਡ ਚ ਜੈ ਲਲਤਾ ਦੀ ਪਾਰਟੀ ਹੈ ਬਿਹਾਰ ਦੇ ਵਿੱਚ ਨतीश ਕੁਮਾਰ ਦੀ ਪਾਰਟੀ ਹੈ ਸੋ ਇਹ ਸਾਰੀਆਂ ਸਟੇਟਾਂ ਦੇ ਕਾਂਗਰਸ ਭਾਜਪਾ ਕਿੱਥੇ ਨੇ ਜੀ ਸੋ ظاہر ਹੈ ਕਿ ਜਿਹੜਾ ਇਹ ਰੀਜਨਲਿਜ਼ਮ ਹੈ ਖੇਤਰੀਵਾਦ ਹੈ ਇਸ ਅੱਖਾਂ ਦੀ ਦੇਣ ਹੈ ਅਦਰਵਾਈਜ਼ ਜਵੇਂ ਕਾਂਗਰਸ ਦਾ ਗਲਬਾ ਸੀ ਕਾਂਗਰਸ ਨੇ ਔਰ ਭਾਜਪਾ ਔਰ ਭਾਜਪਾ ਤੋਂ ਬਾਅਦ ਉੱਭਰੀ ਹੈ ਪਰ ਇਸ ਡਾਇਨੇਸਟੀ ਨੂੰ ਤੋੜਨਾ ਇਸ ਖੇਤਰੀਵਾਦ ਨੂੰ ਔਰ ਖੇਤਰੀਵਾਦ ਜਿਹੜਾ ਹੈ ਉਹ ਸੈਂਟਰ ਨੂੰ ਕਮਜ਼ੋਰ ਕਰਦਾ ਹੈ ਸੋ ਗੱਲ ਸਿਰਫ ਚੇਂਜ ਇਕਦਮ ਨਹੀਂ ਹੁੰਦੀ ਔਰੰਗਜ਼ੇਬ ਦੇ ਮਰਨ ਨਾਲ ਕੋ ਮੁਗਲ ਸਾਮਰਾਜ ਤਾਂ ਨਹੀਂ ਸੀ ਖਤਮ ਹੋ ਗਿਆ ਪਰ ਕਮਜ਼ੋਰ ਹੋ ਗਿਆ ਸੀ ਮੋਸਟ ਪਾਵਰਫੁਲ ਬਾਦਸ਼ਾਹ ਮੁਗਲੀਆ ਹਸਲਤਰਾ ਦਾ ਔਰੰਗਜ਼ੇਬ ਸੀ ਜਦੋਂ ਉਹਨੂੰ ਚੈਲੰਜ ਕੀਤਾ ਸਿੱਖਾਂ ਨੇ ਬਾਕੀ ਫਿਰ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕਾਂ ਦੇ ਗਏ ਜਾਂਦੇ ਗਏ ਉਹਨਾਂ ਨੂੰ ਤੁਸੀਂ ਇਹ ਦੇਖ ਲਓ ਵੀ ਪਿਛਲੇ 29 ਸਾਲਾਂ ਚ ਕਿੰਨਾ ਸਟਰੋਂਗ ਰਹਿ ਗਿਆ ਇਹਨਾਂ ਦਾ ਸੈਂਟਰ ਜੀ ਸੋ ਮੈਂ ਸਮਝਦਾ ਹਾਂ ਵੀ ਜਦੋਂ ਭਵਿੱਖ ਦਾ ਇਤਿਹਾਸਕਾਰ ਇਸ ਦੌਰ ਨੂੰ ਲਿਖੇਗਾ ਤੇ ਸਿੱਖਾਂ ਦੀ ਜਿਹੜੀ ਕੰਟਰੀਬਿਊਸ਼ਨ ਸਿਰਫ ਆਪਣੀ ਕੌਮ ਦੇ ਘਰ ਲਈ ਨਹੀਂ ਓਵਰਆਲ ਸਾਊਥ ਏਸ਼ੀਆ ਚ ਇਸ ਪਾਪਣ ਦੇਂਤ ਦਾ ਐਂਡ ਕਰਕੇ ਇਸ ਈਵਲ ਘੋਸਟ ਨੂੰ ਸਜ਼ਾ ਯਾਫਤਾ ਕਰਕੇ ਇੱਕ ਨਵਾਂ ਯੁੱਗ ਸ਼ੁਰੂ ਕੀਤਾ ਜਿਸ ਦਾ ਠੀਕ ਹੈ ਅਜੇ ਇਹਨਾਂ ਦਾ ਦੌਰ ਏ ਤੇ ਬੀ ਟੀਮਾਂ ਦਾ ਚੱਲ ਰਿਹਾ ਲੇਕਿਨ ਇਵੈਂਚੁਅਲੀ ਸਾਊਥ ਏਸ਼ੀਆ ਜਿਹੜਾ ਹੈ ਇਹ ਸਾਰੇ ਹੈਜੇਮੋਨਿਕ ਗਲਬੇ ਵਾਲੇ ਰਾਜ ਤੋਂ ਲਿਬਰੇਟ ਹੋਏਗਾ ਇੱਥੇ ਯੂਰੋਪੀਅਨ ਯੂਨੀਅਨ ਦੀ ਤਰ੍ਹਾਂ 8-10 ਆਜ਼ਾਦ ਦੇਸ਼ ਉਬਰਣਗੇ ਔਰ ਇੱਕ ਕ੍ਰੈਡਿਟ ਹਮੇਸ਼ਾ ਖਾਲਸਤਾਨ ਸਿੱਖ ਕੌਮ ਨੂੰ ਹੀ ਦਿੱਤਾ ਜਾਏਗਾ ਕਿ ਉਹਨਾਂ ਨੇ ਇਸ ਪਾਪਨ ਦਾ ਅੰਤ ਕਰਕੇ ਉਸ ਖਿੱਤੇ ਦੇ ਵਿੱਚ ਆਜ਼ਾਦੀ ਦੇ ਦਰਵਾਜ਼ੇ ਬਾਕੀ ਕੌਮਾਂ ਦੇ ਲਈ ਖੋਲੇ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਅਹਿਮ ਜਾਣਕਾਰੀ ਲਈ ਤੇ ਡਾਕਟਰ ਸਾਹਿਬ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ ਦੇਖੋ ਕਿਉਂਕਿ ਅੱਜ ਜਿੱਥੇ ਇੱਕ ਪਾਸੇ ਸਾਡੇ ਲਈ ਬੜੀ ਫਖਰ ਦੀ ਮੂਮੈਂਟ ਹੈ ਸ਼ਹੀਦ ਬੈਂਤ ਸਿੰਘ ਸ਼ਹੀਦ ਸਤਵੰਤ ਸਿੰਘ ਨੇ ਹਿਸਟਰੀ ਦੇ ਵਿੱਚ ਉਹ ਰੌਸ਼ਨ ਸਿਤਾਰੇ ਬਣ ਕੇ ਦਿਖਾਇਆ ਜੀ ਉੱਥੇ ਜਿਹੜੀ 31 ਅਕਤੂਬਰ ਕਿਉਂਕਿ ਸਵੇਰੇ 9:30 9 ਵਜੇ ਦੇ ਕਰੀਬ ਇੰਦਰਾ ਗਾਂਧੀ ਦਾਦਤ ਹੁੰਦਾ ਤੇ ਦੁਪਹਿਰ ਤੋਂ ਬਾਅਦ ਤੱਕ ਸ਼ਾਮ ਤੱਕ ਪਹੁੰਚਦੇ ਆ ਫਿਰ ਕਾਂਗਰਸੀ ਲੀਡਰ ਅਜੀਬ ਗਾਂਧੀ ਵਾਪਸ ਕਲਕੱਤੇੋਂ ਮੁੜਦਾ ਤੇ ਇਹਨਾਂ ਨੂੰ ਸਬਕ ਸਿਖਾਉ ਦੇ ਨਾਂ ਥੱਲੇ ਫਿਰ ਨਸਲ ਕੁਸ਼ੀ ਅਗਲੇ 3-4 ਦਿਨ ਪੂਰੇ ਜ਼ੋਰ ਨਾਲ ਜਿਹਦੇ ਵਿੱਚ ਹਜ਼ਾਰਾਂ ਸਿੱਖ ਮਾਰੇ ਜਾਂਦੇ ਨੇ ਜੀ ਸੋ ਜਿਹੜਾ ਜ਼ੁਲਮ ਇੰਦਰਾ ਗਾਂਧੀ ਨੇ ਕੀਤਾ ਜੂਨ 84 ਦੇ ਘੱਲੂ ਘਾਰੇ ਦੇ ਨਾਲ ਜੀ ਉਸ ਬਾਰੇ ਜੇ ਮੈਂ ਅੱਜ ਸੋਚਦਾ ਸੀ ਕਿ 31 ਅਕਤੂਬਰ ਹੈ ਤੇ ਜੇ ਸ਼ਹੀਦ ਬਿਆਨ ਸਿੰਘ ਸ਼ਹੀਦ ਸਦਵਾਨ ਸਿੰਘ ਦੇ ਕਾਰਨਾਮੇ ਨੂੰ ਜਸਟੀਫਾਈ ਕਰਨੇ ਤੇ ਗੁਰਬਾਣੀ ਚ ਅਸੀਂ ਕੀ ਕਹਿ ਸਕਦੇ ਆ ਗੁਰਬਾਣੀ ਚੋਂ ਜੀ ਇਹ ਠੀਕ ਹੈ ਜਕਰ ਕਿਉ ਧਰਮੀਆਂ ਦਾ ਪਾਪੀ ਕੋ ਦੰਡ ਦਿਓ ਹੈ ਸਜ਼ਾ ਦਤੀ ਲੇਕਿਨ ਜਿਹੜੀ ਜ਼ੁਲਮਾਂ ਦੀ ਦਾਸਤਾਨ ਹੈ ਜੇ ਗੁਰੂ ਨਾਨਕ ਸਾਹਿਬ ਨੇ ਬਾਬਰ ਦੀ ਫੌਜ ਦੇ ਜ਼ੁਲਮਾਂ ਦੀ ਗੱਲ ਕੀਤੀ ਤੇ ਸੱਚਮੁੱਚ ਇੱਕ ਪੰਜਾਬੀ ਦੇ ਕਵੀ ਪ੍ਰਿੰਸੀਪਲ ਹਰਭਜਨ ਸਿੰਘ ਸਾੰਜਨਾ ਨੇ ਜੂਨ 84 ਦੇ ਘੱਲੂਕਾਰੇ ਦੇ ਉੱਤੇ ਕਵਿਤਾ ਲਿਖੀ ਸੀ ਇਹ ਫੌਜਾਂ ਕੌਣ ਦੇਸ਼ ਤੋਂ ਆਈਆਂ जी। जो जो फौज ने जुल्म किया मैं गुरु नानक साहब की बाणी जैसी मैं आवे खसम की बाणी तैसड़ा करी ज्ञान वे लालो पाप की जंज लै काबलो धाया जोरी मंगे दान वे लालो शर्म धर्म दोए छप खलोए कूड़ फिरे प्रधान वे लालो काजियां काजिया की गल थकी अगद पड़े शैतान वे लालो ये जिन्हें गुरु नानक साहब ने मार किते कि बाबर दी फौज उसदा जुल्म ਔਰਤਾਂ ਦੇ ਨਾਲ ਹੋਇਆ ੱਤਕਾ ਉਹਨਾਂ ਦੀ ਬੇਪਤੀ ਤੇ ਫੌਜ ਜਿਹੜੀ ਹੈ ਪਾਪ ਦੀ ਜਾਂਚ ਸੋ ਜੂਨ 84 ਨੂੰ ਹਰਮੰਦਰ ਦੇ ਉੱਤੇ ਅਕਾਲ ਤਖਤ ਤੇ 37 ਇਤਿਹਾਸਿਕ ਗੁਰਦੁਆਰਿਆਂ ਦੇ ਉੱਪਰ ਇਸ ਪਾਪ ਦੀ ਜਾਂਜ ਨੇ ਟੈਂਕਾਂ ਤੋਪਾਂ ਦੇ ਨਾਲ ਹਮਲਾ ਕੀਤਾ ਹਰਮੰਦਰ ਦਾ ਸਰੋਵਰ ਖੂਨ ਦੇ ਨਾਲ ਰੰਗਿਆ ਗਿਆ ਮਾਸੂਮ ਬੱਚਿਆਂ ਦੇ ਔਰਤਾਂ ਦੇ ਔਰ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਜੇਸ ਦਿਨ ਕੌਮ ਆਪਣੇ ਮਾਹੀ ਦੇ ਇਸ ਸ਼ਹੀਦੀ ਦਿਨ ਆਪਣੇ ਪ੍ਰੀਤਮ ਦੇ ਵੇੜੇ ਗੁਰੂ ਜਸ ਕਰਨ ਲਈ ਇਕੱਠੀ ਹੋਈ ਹੈ ਜੀ ਔਰ ਇਸ ਸਾਰੇ ਦਾ ਇਹ ਅਸਰ ਸੀ ਇਸ ਪਾਪ ਦੀ ਜੰਜ ਦੀਆਂ ਕਰਤੂਤਾ ਸੀ ਕਿ ਚਾਰ ਚਫੇਰੇ ਕੋਈ ਸ਼ਰਮ ਧਰਮ ਨਾ ਦੀ ਕੋਈ ਚੀਜ਼ ਨਜ਼ਰ ਨਹੀਂ ਸੀ ਆਂਦੀ ਇੱਕ ਖੌਫ ਇੱਕ ਬੇਬਸੀ ਇੱਕ ਢਰ ਇੱਕ ਦਹਿਸ਼ਤ ਪੰਜਾਬ ਸਾਰਾ ਫੌਜ ਦੇ ਹਵਾਲੇ ਕੋਈ ਪੈਦਲ ਤੁਰਣ ਦੇ ਵੀ ਜਿਹੜਾ ਉਸ ਨੂੰ ਹੱਕ ਨਹੀਂ ਸੀ ਜੀ ਤੇ ਫੇਰ ਦਸ਼ਮੇਸ਼ ਪਿਤਾ ਇਹਨਾਂ ਦੋ ਯੋਧਿਆਂ ਭਾਈ ਬਿਆਨ ਸਿੰਘ ਸਤਵੰਦ ਸਿੰਘ ਦੇ ਅੰਦਰ ਉਹਨਾਂ ਦੇ ਤੀਰ ਦੀ ਲਿਸ਼ਕ ਨੇ ਉਚਾਨਣ ਦਿੱਤਾ ਤੇ ਉਹਨਾਂ ਦੇ ਅੰਦਰ ਗੁਰੂ ਨਾਨਕ ਦੀ ਬਾਣੀ ਦੀ ਇਹ ਕੂਕ ਇਹ ਹੂਕ ਕਿ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੀਤਾ ਕੁਛ ਖਾਏ ਕਿ ਹੁਣ ਇੰਨੇ ਅਸੀਂ ਬੇਪੱਤ ਹੋ ਗਏ ਸਾਡੀ ਕੌਮ ਨਾਲ ਇਹ ਹੋਇਆ ਤੇ ਜੇ ਹੁਣ ਵੀ ਅਸੀਂ ਜੀਵੀਏ ਇਸ ਪਤ ਨੂੰ ਲੋਆ ਕੇ ਤਾਂ ਫੇਰ ਅਸੀਂ ਹਲਾਲ ਖੋਰ ਨਹੀਂ ਅਸੀਂ ਹਰਾਮ ਖੋਰ ਹੈ ਤੇ ਇਹਨਾਂ ਦੋਨਾਂ ਯੋਧਿਆਂ ਨੇ ਨਾ ਆਪਣੇ ਪਰਿਵਾਰਾਂ ਦੀ ਪ੍ਰਵਾਹ ਕੀਤੀ ਜੀ ਬਿਆਨ ਸਿੰਘ ਦਾ ਬੱਚਾ ਹੈ ਵੱਡਾ 5 ਸਾਲ ਦਾ ਛੋਟੀ ਬੱਚੀ 1.5 ਸਾਲ ਦੀ ਹੈ ਸਤਵੰਤ ਸਿੰਘ ਦੀ ਮੰਗਣੀ ਹੋਈ ਹੋਈ ਹੈ ਜੀ ਔਰ ਇਸ ਦਿਨ ਜਿੱਥੇ ਅਸੀਂ ਸ਼ਹੀਦ ਪਾਈ ਬਿਆਨ ਸਿੰਘ ਪਾਈ ਸਤਵੰਤ ਸਿੰਘ ਪਾਈ ਕੇਰ ਸਿੰਘ ਨੂੰ ਯਾਦ ਕਰਦੇ ਹਾਂ ਉੱਥੇ ਉਹ ਅਨੋਕਾਰ ਸੁਹਾਗਣ ਬੀਬੀ ਸੁਰਿੰਦਰ ਕੌਰ ਜਿਸ ਦੀ ਮੰਗਣੀ ਹੋਈ ਹੋਈ ਹੈ ਸਤਵੰਤ ਸਿੰਘ ਨਾਲ ਜੀ ਤੇ ਜਦੋਂ ਉਹ ਇਹ ਕਾਰਨਾਮਾ ਕਰ ਗੁਜ਼ਰਦੇ ਨੇ ਤੇ ਬੀਬੀ ਨੇ ਕਿਹਾ ਕਿ ਜੀ ਮੇਰੀ ਅਰਦਾਸ ਸਤਵੰਤ ਨਾਲ ਹੋਈ ਹੈ ਔਰ ਉਹਦੀ ਫੋਟੋ ਦੇ ਨਾਲ ਸਤਵੰਤ ਸਿੰਘ ਦੇ ਬੀਬੀ ਨੇ ਫੇਰੇ ਲਏ ਔਰ ਉਹ ਅਲੋਕਾਰ ਸੁਹਾਗਣ ਰਹੀ ਕੁਸ਼ਵਰੇ ਪਹਿਲਾਂ ਕੈਂਸਰ ਦੀ ਬਿਮਾਰੀ ਨਾਲ ਉਹਨਾਂ ਨੇ ਚੜ੍ਹਾਈ ਕੀਤੀ ਹੈ ਸੋ ਜਿੱਥੇ ਸਾਡਾ ਇਤਿਹਾਸ ਬਿਆਨਤ ਸਿੰਘ ਸਤਵੰਤ ਸਿੰਘ ਪਾਈਕੇਰ ਸਿੰਘ ਨੂੰ ਯਾਦ ਰੱਖੇਗਾ ਉੱਥੇ ਸਾਡੀ ਕੌਮ ਦੀ ਇਹ ਬਹਾਦਰ ਸੁਪਤਰੀ ਬੀਬੀ ਸਰੰਦਰ ਕੌਰ ਅਲੋਕਾਰ ਸੁਹਾਗਣ ਇਹ ਵੀ ਹਮੇਸ਼ਾ ਸਾਡੇ ਯਾਦਾਂ ਵਿੱਚ ਵਸੀ ਰਹੇਗੀ ਇਸੇ ਲਈ ਜੇ ਜੀਵੇ ਅੱਤ ਮੱਥੀ ਜਾਏ ਜੀ ਸਭ ਹਰਾਮ ਜੇ ਤੱਕ ਚਕਾਏ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਵੀਰ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ SOSATV84.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ